ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ ਕਲਾ ਤੇ ਕਲਾਕਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਉਹ ਮਹਾਨ ਕਲਾਕਾਰ ਅਪੜੇ ਨੇ ਉਹ ਮਹਾਨ ਅਦਾਕਾਰ ਪਹੁੰਚੇ ਨੇ ਜਿਨ੍ਹਾਂ ਦੀਆਂ ਫਿਲਮਾਂ ਤਿੰਨ ਤਿੰਨ ਪੀੜੀਆਂ ਦਾ ਹੁਣ ਤੱਕ ਲਗਾਤਾਰ ਮਨੋਰੰਜਨ ਕਰਦੀਆਂ ਆ ਰਹੀਆਂ ਨੇ 1960 ਦੀਆਂ ਫਿਲਮਾਂ ਦੇਖੀਏ ਤਾਂ ਵੀ ਇਦਾਂ ਜਾਪਦਾ ਕਿ ਅਸੀਂ ਇਸ ਸ਼ਖਸੀਅਤ ਦੇ murid ਹਾਂ ਤੇ murid ਰਹਾਂਗੇ ਦੇ 2014 ਦੇ ਵਿੱਚ ਕੋਈ ਫਿਲਮ ਦੇਖ ਲਈਏ ਤਾਂ ਵੀ ਇਹੀ ਯਾਪਦਾ ਕਿ ਇਹ ਤਾਂ ਕੱਲ ਦੀ ਗੱਲ ਹੈ 1960 ਵਾਲੀ ਤਾਂ ਗੱਲ ਹੀ ਨਹੀਂ ਯਾਪਦੀ ਮੇਰੀ ਮੁਰਾਦ ਹੈ ਜਨਾਬ ਤਰਮਿੰਦਰ ਹੋਰਾਂ ਤੋਂ ਜਿਨ੍ਹਾਂ ਨੂੰ ਬੋਲੀਵੁੱਡ ਦੇ ਹੀ ਮੈਨ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਜਿਨ੍ਹਾਂ ਨੂੰ ਪੰਜਾਬ ਦੇ ਪੁੱਤ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ ਉਹ ਆਪਣੀ ਨਵੀਂ ਪੰਜਾਬੀ ਫਿਲਮ ਜਿਹੜੀ ਆ ਰਹੀ ਹੈ ਬਹੁਤ ਜਲਦੀ 29 ਅਗਸਤ ਨੂੰ ਡਬਲ ਦੀ ਟ੍ਰਬਲ ਉਹਦੇ سلسلے ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਜਾਂ ਹੋਰ ساری ਟੀਮ ਦੇ ਨਾਲ ਪੂਰੇ ਯੂਨਟ ਦੇ ਨਾਲ ਪੰਜਾਬ ਦੇ ਥਾਂ-ਥਾਂ ਤੇ ਜਾ ਕੇ ਦੌਰਾ ਕਰ ਰਹੇ ਨੇ ਲੋਕਾਂ ਨੂੰ ਜਾਣੂ ਕਰਵਾ ਰਹੇ ਨੇ ਤਰਮਿੰਦਰ ਜੀ ਸਵਾਗਤ ਹੈ ਤੁਹਾਡਾ ਜੀ ਜਿੰਨਾ ਖੁਸ਼ ਰਵਚੈ ਤੋਂ ਬਹੁਤ ਪਿਆਰ ਨੀ ਗੱਲਾਂ ਕੀਤੀਆਂ ਤਰਮਿੰਦਰ ਜੀ ਜਦੋਂ ਅਸੀਂ ਸੋਚਦੇ ਹਾਂ ਤੁਹਾਡੇ ਜ਼ਿੰਦਗੀ ਨਾਮੇ ਦੇ ਬਾਰੇ ਤੁਹਾਡੀ ਅਸੀਂ ਸੋਚਦੇ ਹਾਂ ਕਿ ਆਟੋ ਬਾਇਓਗ੍ਰਾਫੀ ਬਾਰੇ ਜਾਣਿਆ ਜਾਵੇ ਉਹ ਇਦਾਂ ਜਪਦਾ ਵੀ ਕੁਸ਼ਕ ਕਮੈਂਟਾਂ ਦੇ ਵਿੱਚ ਗੱਲ ਨਹੀਂ ਹੋ ਸਕਦੀ ਕੁਸ਼ਕ ਘੰਟੇ ਨਹੀਂ ਕੁਸ਼ਕ ਹਫ਼ਤੇ ਨਹੀਂ ਕੁਸ਼ਕ ਮਹੀਨੇ ਕੁਸ਼ਕ ਸਾਲ ਲੱਗ ਜਾਣੇ ਹਨ ਪਰ ਸੰਖੇਪ ਦੇ ਵਿੱਚ ਜੇਕਰ ਗੱਲ ਕਰਨੀ ਹੋਵੇ ਤਾ ਇੱਕ ਪੰਜਾਬ ਦੇ ਸੁਧਾਰਨ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਤਰਮਿੰਦਰ ਘੋਰੀ ਬਾਲੀਵੁੱਡ ਦੇ ਵਿੱਚ ਗਏ ਜੀਨੂੰ ਅਸੀਂ ਮਾਇਆ ਨਗਰੀ ਦੇ ਰੂਪ ਚ ਜਾਣਦੇ ਆ ਤੇ ਕੀ ਮਨ ਦੇ ਬਲਵਲੇ ਸੀ ਜਦੋਂ ਘਰੋਂ ਪੈਰ ਪੁੱਟਿਆ ਤੇ ਕੀ ਮਨ ਦੇ ਬਲਵਲੇ ਸੀ ਜਦੋਂ ਬਾਲੀਵੁੱਡ ਦੇ ਵਿੱਚ ਪੈਰ ਧਰਿਆ ਇਹ ਮੇਰੇ ਖਿਆਲ ਹਰ ਜਵਾਨ ਉੱਠਦੇ ਮੁੰਡੇ ਦੇ ਦਿਲ ਦੇ ਬਲਵਲੇ ਹੁੰਦੇ ਨੇ ਅਨਹੋਣੇ ਸੁਪਨੇ ਨੇ ਇਹ ਜੀ ਕਿਸੇ ਦੇ ਪੂਰੇ ਹੁੰਦੇ ਕਿਸੇ ਦੇ ਨਹੀਂ ਹੁੰਦੇ ਕਰੋੜਾਂ ਬੱਚੇ ਕਰੋੜਾਂ ਮੁੰਡੇ ਸੋਨੇ ਤੋਂ ਸੋਨੇ ਪਏ ਨੇ ਜੀ ਤੇ ਮੇਰਾ ਵੀ ਸੁਪਨਾ ਸੀ ਮੈਂ ਤਾਂ ਇੱਕ ਕਿਸਾਨ ਦਾ ਬੇਟਾ ਇੱਕ ਸਕੂਲ ਟੀਚਰ ਦਾ ਬੇਟਾ ਜੀ ਮੈਂ ਵੀ ਪਹਿਲੀ ਫਿਲਮ ਦਲੀਪ ਕੁਮਾਰ ਦੀ ਇੱਕ ਦੇਖੀ ਜ਼ਿੰਦਗੀ ਚ 49 ਚ ਤੇ ਮੈਂ ਨਰਵਸਨ ਮਾਂ ਸੀ ਲੁਧਿਆਣੇ ਉਹ ਮੈਨੂੰ ਦੋਸਤ ਲੈ ਕੇ ਚੱਲ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੀ ਹੈ ਕਿ ਹਮਮ अंदर जब देखे पिक्चर शुरू हुई तो मैं लग गया कि यार दिलीप कुमार का नाम उस फिल्म च राम सीष तो हाथ तिरंगा झंडा सी जीपते गाँव गा रहे वतन की राह में वतन के नौजवान शहीद हो मैंने लगे यार मेरे तो वजह जहा तारी हो गया उसमें देखते देखते पूरी पिक्चर देख के एक वजह तारी हो गया जब मैं बाहर आया तो अजीब नशे से ਮੈਂ ਵਾਰਾ ਕੇ ਦੇਖਦਾ ਰਿਹਾ ਤਸਵੀਰਾਂ ਦੇਖੀਆਂ ਫਿਰ ਉਹਦਾ ਬੈਨਰ ਦੇਖਦਾ ਰਿਹਾ ਤੇ ਮੈਨੂੰ ਲੱਗੇ ਯਾਰ ਇਹ ਮੇਰਾ ਕੋਈ ਮੇਰਾ ਭਾਈ ਹੈ ਜਾਂ ਮੈਂ ਦਾ ਭਰਾ ਕੁਝ ਹੈ ਸਾਡਾ ਕੋਈ ਰਿਲੇਸ਼ਨ ਹੈ ਹੂੰ ਤੇ ਮੈਨੂੰ ਵੀ ਯਾਰ ਇਹਨੂੰ ਇੰਨਾ ਮੈਂ ਇੰਨਾ ਚਾਹ ਰਿਆਂ ਮੇਰੇ ਅੰਦਰ ਚਾਹਤ ਦਾ ਇਹਦਾ ਸੈਲਾਬ ਮੁੜ ਕੇ ਆ ਰਿਹਾ ਦੇ ਲਈ ਹੂੰ ਇਹ ਤਾਂ ਬਹੁਤ ਪਿਆਰੇ ਹੈ ਕਿੱਥੇ ਰਹਿੰਦੇ ਨੇ ਕੀ ਜਗ੍ਹਾ ਕੀ ਉਹਨਾਂ ਦੇ ਨਾਲ ਸਾਡੇ ਲਈ ਬੜਾ ਅਜੂਬਾ ਜਿਹਾ ਸੀ ਹੂੰ ਇੱਥੇ ਮੈਨੂੰ ਜਗ੍ਹਾ ਮਿਲ ਜਾਏ ਤਾਂ ਰੱਬਾ ਬੜੀ ਵੱਡੀ ਗੱਲ ਹੋ ਜਾਏਗੀ ਤੇ ਖੈਰ ਵਕਤ گزرਦਾ ਗਿਆ ਤਿਸ ਤਰ੍ਹਾਂ ਮੈਂ ਆਪਣੀ ਮਾਂ ਨੂੰ ਇੱਕ ਦਿਨ ਕਹਿ ਬੈਠਾ ਕਿ ਮੈਂ ਬੰਬੇ ਜਾਣਾ ਮਾਂ ਮੈਨੂੰ ਕਹਿੰਦੀ ਨਾ ਉੱਚੀ ਨਾ ਬੋਲੀ ਤੇਰਾ ਪਿਓ ਮੈਨੂੰ ਵੀ ਘਰੋਂ ਕੱਢ ਦੂ ਅੱਛਾ ਜੀ ਤੇ ਮੈਂ ਖਿਆ ਚੁੱਪ ਕਰ ਰਿਹਾ ਹਾਲਾਤ ਨਹੀਂ ਹੁੰਦੇ ਜੋ ਆਪਣੇ ਆਮ ਮੀਡਲ ਕਲਾਸ ਫੈਮਿਲੀ ਦੇ ਹੁੰਦੇ ਆ ਮੈਂ ਚੁੱਪ ਕਰ ਰਿਹਾ ਕਿ ਯਾਰ ਹਾਂ ਚਲੋ ਪੜਦੇ ਨੇ ਲਿਖਦੇ ਆ ਫਿਰ ਮੈਂ ਸੋਚਿਆ ਕਿ ਕੈਪਟਨ ਜਾਂ ਲੈਫਟੀਨੈਂਟ ਬਣੂੰਗਾ ਜਾਂ ਖੇਤੀ ਕਰ ਲੂੰਗਾ ਨਹੀਂ ਜਾਂਦਾ ਇੱਧਰ ਤੁਹਾਡਾ ਦਿਲ ਮਾਂ ਨੇ ਮੈਨੂੰ ਵੇਖਿਆ ਤੇ ਕਹਿੰਦੀ ਗੱਲ ਸੁਣ ਪੁੱਤ ਤੂੰ ਅਰਜ਼ੀ ਕਿਉਂ ਨਹੀਂ ਭੇਜ ਦਿੰਦਾ ਹੂੰ ਤੁਹਾਨੂੰ ਦੇਖਣ ਨੂੰ ਚੰਗਾ ਲੱਗਦਾ ਹਰ ਮਾਂ ਨੂੰ ਆਪਣਾ ਪੁੱਤ ਚੰਗਾ ਲੱਗਦਾ ਹੁੰਦਾ ਤੇ ਸ਼ਾਇਦ ਤੈਨੂੰ ਬੁਲਾ ਲੈਣ ਹੂੰ ਮੈਂ ਅਰਜ਼ੀਆਂ ਨਾਲ ਨਹੀਂ ਕੰਮ ਬਣਦਾ ਉੱਥੇ ਜਾਣਾ ਹੀ ਪੈਂਦਾ ਉੱਥੇ ਆਪਣਾ ਦਿਖਾਉਣਾ ਪੈਂਦਾ ਸਾਰਾ ਫੋਟੋ ਸ਼ੂਟ ਕਰਕੇ ਉਹ ਮੈਨੂੰ ਐ ਲੱਗੇ ਜਿਵੇਂ ਰੱਬ ਨੇ ਮੇਰੀ ਮਾਂ ਦੀ ਗੱਲ ਸੁਣ ਲਈ ਹੁੰਦੀ ਹੈ ਹੂੰ ਥੋੜੇ ਦਿਨਾਂ ਬਾਅਦ ਫਿਲਮ ਫੇਅਰ 'ਚ ਐਪਲੀਕੇਸ਼ਨ ਸਭ ਕੇ ਆ ਗਈ ਫਰ ਨਿਊ ਕਮਰਸ ਅੱਛਾ ਜੀ ਇਹ ਟੈਲੈਂਟ ਕੰਟੈਸਟ ਸਪਾਂਸਰਡ ਬਾਈ ਫਿਲਮ ਫੇਅਰ ਅਜਿਹਦੇ ਪਿੱਛੇ ਸੀ ਗ੍ਰੇਟ ਡਾਇਰੈਕਟਰ ਬਿਮਲ ਰਾਇਨ ਗੁਰੂਦਰਤ ਹਮ ਮੈਂ ਉਹਨਾਂ ਦੇ ਨਾਲ ਇੱਥੇ ਸੀਗਾ ਮਲੇਰ ਕੋਟਲੇ ਜੀ ਜਾਨ ਮੁਹੰਮਦ ਸੀ ਮੈਂ ਖਿਆਲ ਮੇਰੀਆਂ ਫੋਟੋ ਖਿੱਚ ਚੰਗੀਆਂ ਜੀਆਂ ਅੱਛਾ ਜੀ ਤੇ ਉਹਨੇ ਚੰਗੇ ਪੋਸ ਪੋਸੇ ਖਿੱਚ ਕੇ ਮੇਰੇ ਤੇ ਮੈਂ ਫਿਰ ਆਪਣੇ ਐਪਲੀਕੇਸ਼ਨ ਪਰ ਹੀ ਧਰਮਿੰਦਰ ਸਿੰਘ ਦੇ ਹੋਲ ਹਾਈਟ ਇਹ ਸਾਰਾ ਕੁਝ ਭਰ ਕੇ ਤੇ ਦਰਾਹ ਇੱਕ ਲੈਟਰ ਬਾਕਸ ਹੁੰਦਾ ਸੀ ਮੈਂ ਦਰਾਹੇ ਸਾਈਕਲ ਤੇ ਜਾਂਦਾ ਹੁੰਦਾ ਸੀ ਤੇ ਉੱਥੇ ਮੇਰਾ ਬਦਨਾਮ ਲੈ ਕੇ ਮੈਂ ਫਸਣ ਲਈ ਮੇਰੀ ਜੀ ਕੋਈ 2-3 ਮਹੀਨੇ ਬਾਅਦ ਫੋਨ ਆ ਗਿਆ ਉਹਨਾਂ ਤੋਂ ਉਹਨਾਂ ਦੀ ਚਿੱਠੀ ਆ ਗਈ ਅੱਛਾ ਜੀ ਯੂ ਵਿਲ ਬੀ 기ਵਨ ਸਕ੍ਰੀਨ ਟੈਸਟ ਬਾਇ ਵਿਮਲੋਏ ਐਂਡ ਗੁਰੂਦਰਤ al uh, you will pay 2 and throw first class fare you will put over in a 5 star hotel kada sunai nahi si kada hmm. anyway is tarah main gaya ji mera screen tas gurudat ji ne mile ate mallay ne bhi tooti paake bhi suit paake bhi air karke bhi te main utthe socha jatt banda nahi har banda hi sochda ho ke now or never ja ta hun dharminder nahi ta fir kada nahi ਰਬ ਤੋਂ ਸ਼ਕਤੀ ਮੰਗੀਏ ਤੇ ਰਬ ਨੇ ਸ਼ਕਤੀ ਦਿੱਤੀ ਅਰ ਮੈਂ ਫਿਲਮ ਸਾਈਨ ਕੀਤੀ ਬੰਦ ਨਹੀਂ ਜੀ ਨੂਤਨ ਦੇ ਨਾਲ ਸ਼ੀ ਵਾਸ ਵਨ ਆਫ ਦਾ ਟਾਪ ਹੀਰੋ ਆਫ ਦੋਜ਼ ਯੂਜ਼ ਉਹ ਫਿਲਮ ਬੰਦ ਥੋੜਾ ਟਾਈਮ ਲੱਗ ਗਿਆ ਔਰ ਉਹ ਡੇਢ ਸਾਲ ਜਿਹੜਾ ਮੇਰੀ ਜ਼ਿੰਦਗੀ ਦਾ ਇੱਕ ਤਾਂ ਉਹਨਾਂ ਦੇ ਨਾਲ ਸਾਨੂੰ ਦਿੱਲੀ ਬੜੀ ਦੂਰ ਲੱਗਦੀ ਹੁੰਦੀ ਸੀ ਤਾਂ ਬੰਬਈ ਦੀ ਗੱਲ ਹੈ ਜੀ ਮੈਂ ਇਕੱਲਾ ਬੜਾ ਬੇਚੈਨ ਰਹਿ ਕਰਾਂ ਯਾਰ ਕੀ ਕਰਾਂ ਫਾਜ਼ਲ ਦੇ ਲੈਟਰ ਔਨ ਵਾਪਸ ਆ ਜਾ ਇਹ ਉਹ ਬੜਾ ਦੁਖੀ ਰਹਿ ਗਏ ਖਰਬੰਦਨੀ ਸ਼ੁਰੂ ਹੋਈ ਫਿਰ ਇਸ ਤਰ੍ਹਾਂ ਦੋਜਰ ਫਿਲਮਾਂ ਹੋਰ ਸ਼ੁਰੂ ਹੋਈਆਂ ਚੱਲਣੀਆਂ ਸ਼ੁਰੂ ਹੋ ਗਈਆਂ ਫਿਰ ਇੱਕ ਫਿਲਮ ਆਈ ਫੂਲਰ ਪੱਥਰ ਔਰ ਮੇਰਾ ਕੀ ਸੀ ਲਕੀਲੀ ਮੈਂ ਤੁਸੀਂ ਮੇਰੀ ਇੱਕ ਫਿਲਮ ਸੀ ਦੇਵਰ ਤੇ ਇੱਕ ਸ਼ਰਮੀਲਾ ਟੇਗੋਰ ਨਾਲ ਸੀ ਫਿਲਮ ਹਰ ਕਿਸਮ ਦੇ ਰੋਲ ਸੀ ਉਹਨਾਂ ਦੇ ਨਾਲ ਫੂਲਰ ਪੱਥਰ ਆ ਗਈ ਔਰ ਸਾਰੀਆਂ ਹੇਟ ਫਿਲਮਾਂ ਸੀ ਕੋਈ ਜੁਬਲੀ ਕੋਈ ਗੋਲਡਨ ਜੁਬਲੀ ਹੋ ਗਈ ਤਾਂ ਫਿਰ ਮੁੜ ਕੇ ਵੇਖਣ ਦਾ ਮੌਕਾ ਨਹੀਂ ਲੱਗਾ ਫੇ ਚੱਲਦੇ ਰਿਹਾ ਚੱਲਦੇ ਰਿਹਾ ਤੇ ਬਾਪੂ ਜੀ ਜਿਹੜੇ ਪਹਿਲਾਂ ਵਿਰੋਧ ਤਾਂ ਕਰਦੇ ਸੀ ਬਾਅਦ ਦੇ ਵਿੱਚ ਮਾਨ ਹੋ ਗਏ ਪਹਿਲਾਂ ਉਹਨਾਂ ਨੇ ਲੈਂਦਾ ਫਿਰ ਉਹਨਾਂ ਨੂੰ ਮਾਨ ਉਹ ਚਾਹੁੰਦੇ ਸੀ ਮੈਂ ਪ੍ਰੋਫੈਸਰ ਬਣਾ ਜੀ ਇੱਕ ਫਿਲਮ ਸੀ ਜਿੱਥੇ ਮੈਂ ਪ੍ਰੋਫੈਸਰ ਦਾ ਰੋਲ ਕੀਤਾ ਸੀ ਮੈਂ ਕਿਹਾ ਦੇਖੋ ਬਾਪੂ ਜੀ ਮੈਂ ਪ੍ਰੋਫੈਸਰ ਬਣਾ ਉਹ ਉੱਲੂ ਦਾ ਪੱਟਾ ਮੈਂ ਪ੍ਰੋਫੈਸਰ ਥੋੜੀ ਕਿਹਾ ਸੀ ਉਹ ਜੋ ਵਾਅਦਾ ਹੁੰਦਾ ਮੈਂ ਕਿਹਾ ਹੱਸ ਕੇ ਉਹ ਚਲੇ ਗਏ ਫਿਰ ਹਾਲ ਹਾਲੀ ਫਖਰ ਤਾਂ ਹੋ ਜਾਂਦਾ ਯਾਰ ਸਰ ਮੇਰਾ ਮੁੰਡਾ ਐਨੇ ਹਜ਼ਾਰ ਮੁੰਡਿਆਂ ਚੋਂ ਸਿਲੈਕਟ ਹੋਇਆ ਹੈ ਔਰ ਇਹ ਮੈਨੂੰ ਕੀ ਜ਼ਿਆਦਾ ਪਾਲਿਸੀ ਔਰ ਸਟਾਈਲ ਇਸੇ ਆਉਂਦੇ ਕੁਝ ਵੀ ਮੈਂ ਕੰਮ ਕਰੀ ਜੋ ਆਪਣਾ ਥੋੜੀ ਜਿਹੀ ਗੇਮਸ ਗੇਮਸ ਖੇਲਣੀ ਇਸੇ ਆਉਂਦੀਆਂ ਇਸ ਤਰ੍ਹਾਂ ਮੈਨੂੰ ਇਕਵਰੀ 78 ਵਨ ਆਫ ਦਾ 10 ਹੈਂਡਸਮ ਮੈਨੂ ਨਿਕਲੇ ਮੈਂ ਕਹਾਂ ਯਾਰ ਇਹ ਕਿਵੇਂ ਹੋਇਆ ਹੋਇਆ ਮੈਂ ਸ਼ੀਸ਼ਾ ਦੇਖੀ ਜਾਂ ਮੈਂ ਸ਼ੀਸ਼ਾ ਮੈਨੂੰ ਗਾਲਾਂ ਕੱਢੇ ਮੈਂ ਸ਼ੀਸ਼ੇ ਨੂੰ ਗਾਲਾਂ ਕੱਢਾ ਮੈਂ ਗਲਤੀ ਨਾ ਕਰਤਾ ਹੁਣ ਐਨੀਵੇਟ ਦਿਸ ਇਜ਼ ਦ ਲਾਈਫ ਨਾਓ ਟੂਡੇ ਆਮ ਹੇਅਰ ਅੱਜ ਚੰਡੀਗੜ੍ਹ ਆਇਆ ਹਾਂ ਜਲੰਧਰ ਖਾਸ ਤੌਰ ਤੇ ਜਿੱਥੇ ਫਿਲਮਾਂ ਦੇਖ-ਦੇਖ ਕੇ ਮੈਂ ਵੱਡਾ ਹੋਇਆ ਹਾਂ ਔਰ ਅਜੀਤ ਖੋੜ ਦੇ ਆਫਿਸ ਜਿਹੜੇ ਮੈਨੂੰ ਨਾ ਪਿਆਰ ਇਨਾਂ ਸਮਾਨ ਦਿੰਦੇ ਨੇ ਹਮਦਰਦ ਹੋਣੇ ਸਾਰੇ ਤੁਸੀਂ ਸਾਰੇ ਇਦਾਂ ਲੱਗਿਆ ਕਿ ਯਾਰ ਕਿ ਆਪਣੇ ਟੱਬਰ ਚ ਆ ਗਏ ਆ ਜੀ ਜੀ ਤੇ ਇਸ ਤਰ੍ਹਾਂ ਜ਼ਿੰਦਗੀ ਸ਼ੁਰੂ ਹੋਈ ਸੀ ਉਹਦੀ ਧਰਮਿੰਦਰ ਜੀ ਤੁਸੀਂ ਸੈਂਕੜੇ ਹਿੰਦੀ ਫਿਲਮਾਂ ਚ ਕੰਮ ਕੀਤਾ ਹੈ ਪੰਜਾਬੀਆਂ ਨੇ ਦੁਨੀਆ ਭਰ ਦੇ ਵਿੱਚ ਵਸਦੇ ਹਰ ਭਾਸ਼ਾ ਦੇ ਲੋਕਾਂ ਨੇ ਤੁਹਾਡੀ ਫਿਲਮਾਂ ਦੇ ਵਿੱਚ ਅਦਾਕਾਰੀ ਦੇਖੀ ਹੈ ਪਰ ਇੱਕ ਫਿਲਮ ਕੋਈ ਇਹੋ ਜੀ ਹੁੰਦੀ ਹੈ ਜਿਹੜੀ ਸਬੰਧਤ ਅਦਾਕਾਰ ਨੂੰ ਬਹੁਤ ਪਸੰਦ ਹੁੰਦੀ ਹੈ ਦਿਲ ਦੇ ਬੜੀ ਨੇੜੇ ਹੁੰਦੀ ਹੈ ਉਹ ਫਿਲਮ ਉਹ ਕਿਹੜੀ ਫਿਲਮ ਤੁਸੀਂ ਮੇਰੀ ਇੱਕ ਫਿਲਮ ਸੀ ਪ੍ਰਤਿਗਿਆ ਅੱਛਾ ਜੀ ਉਹ ਫਿਲਮ ਹਮੇਸ਼ਾ ਹੀ ਮੇਰੇ ਦਿਲ ਦੇ ਕਰੀਬ ਹੈ ਹਾਲਾਂਕਿ ਬੜੀਆਂ ਹਿੱਟ ਹੋਈਆਂ 골ਡਨ ਜੁਬਲੀ, ਸਿਲਵਰ ਜੁਬਲੀ, ਡਾਇਮੰਡ ਜੁਬਲੀ ਆਂਖੇ ਵੀ ਚੱਲੀ, ਇਹ ਵੀ ਚੱਲੀ, ਪੂਲਰ ਪੱਤਰ ਚੱਲੀ, ਜਗਨੂ ਚੱਲੀ ਪਤਾ ਨਹੀਂ ਕਿੰਨੀਆਂ ਮੇਰਾ ਗਉ ਮੇਰਾ ਦੇਸ਼ so many movies ਪਰ ਉਹ ਫਿਲਮ ਮੈਨੂੰ ਹਮੇਸ਼ਾ ਲੱਗਦਾ ਕਿ ਉਹ ਫਿਲਮ ਮੈਂ ਦੁਬਾਰਾ ਫੇਰ ਬਣਾਵਾਂਗਾ ਦੇ ਅੱਛਾ ਜੀ ਉਹਦੇ ਚ ਇੱਕ ਕਿਰਦਾਰ ਬਣਿਆ ਕਿ ਟੈਕਟ ਡਰਾਈਵਰ ਦਾ ਤੁਸੀਂ ਵੇਖੀ ਤਾਂ ਵੇਖੋ ਪਿਕਚਰ ਉਹ ਥਾਣੇਦਾਰ ਬਣ ਜਾਂਦਾ ਕਿਵੇਂ ਉਹ ਫਿਰ ਥਾਣੇਦਾਰ ਬਣ ਕੇ ਕੀ ਕਰਦਾ ਉਹ ਦੈਟ ਇਜ਼ ਦਾ ਬੀਡੀ ਹਾਏ I got into the character of a thanedar it being a truck driver ਤੁਹਾਡੀਆਂ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੋਗ ਇਹੋ ਜਿਹੇ ਨੇ ਜਿਹੜੇ ਅੱਜ ਦੀਆਂ ਫਿਲਮਾਂ ਵਾਲੇ ਵੀ ਵਰਤ ਰਹੇ ਨੇ ਤੁਹਾਡਾ ਕੁੱਤੇ ਮੈਂ ਖੂਨ ਪੀ ਜਾਊਂਗਾ ਇਹ ਡਾਇਲੋਗ ਹੁਣੇ-ਹੁਣੇ ਅਕਸ਼ੇ ਕੁਮਾਰ ਨੇ ਆਪਣੀ ਫਿਲਮ ਐਂਟਰਟੇਨਮੈਂਟ ਦੇ ਵਿੱਚ ਵਰਤਿਆ ਉਹ ਸਾਰਾ ਥੀਏਟਰ ਆ ਜਿਹੜਾ ਉਹਦੇ ਵਿੱਚ ਬੈਠੇ ਨੇ ਤੁਸੀਂ ਇਹ ਡਾਇਲੌਗ ਬੋਲਦੇ ਆ ਉਹ ਅੱਗੋਂ ਕਹਿੰਦੇ ਨੇ ਕਿ ਕਿਉਂ ਨਾ ਅਸੀਂ ਆ ਕਰਕੇ ਦੇਖੀਏ ਜਦੋਂ ਇਹਨਾਂ ਨੇ ਟਿੱਕ ਟ ਦਿੱਤੀ ਹੈ ਸਾਰੀ ਤੇ ਜਦੋਂ ਨਵੇਂ ਫਿਲਮ ਸਾਜ਼ ਨਵੇਂ ਕਲਾਕਾਰ ਤੁਹਾਡੇ ਡਾਇਲੌਗ ਨੂੰ ਆਪਣੀਆਂ ਫਿਲਮਾਂ ਚ ਪਾਉਂਦੇ ਹੋ ਤੁਸੀਂ ਕੀ ਮਿਸ ਪ੍ਰਸਚਲਿਤ ਹੋ ਜਾਂਦੀ ਹੈ ਲੋਕਾਂ ਨੂੰ ਹਾਲਾਂਕਿ ਮੈਨੂੰ ਖੁਦ ਨੂੰ ਨਹੀਂ ਅੱਛਾ ਲੱਗਦਾ ਯਾਰ ਮੈਂ ਕਿ ਇਹ ਥੋੜੀ ਬੋਲਦਾ ਰਹਿੰਦਾ ਹਮੇਸ਼ਾ ਕੁੱਤੇ ਤੇਰਾ ਫੋਨ ਬੇਸ਼ਾਮਾ ਬਟ ਉਹ ਲੋਕਾਂ ਨੂੰ ਇੱਕ ਇੱਕ ਨਾਲ ਜੁੜ ਜਾਂਦੀਆਂ ਤੇ ਫਿਰ ਉਹ ਹੀ ਚੱਲਦੇ ਰਹਿੰਦੀਆਂ ਜਿਵੇਂ ਹੁਣ ਗੱਬਰ ਦਾ ਕਿੰਨੇ ਆਦਮੀ تھے ਉਹ ਚਲਦੇ ਹੀ ਰਹਿਣਾ کئی ਫਿਲਮਾਂ ਜਾਏਗਾ ਸਾਰਾ ਕੁਝ ਕੁਝ ਲੋਕਾਂ ਨੂੰ ਪਸੰਦ ਆ ਜਾਂਦਾ ਤੇ ਉਹ ਫਿਰ ਅੱਗੇ ਐਕਟਰ ਵੀ ਲਾਉਂਦੇ ਜਿਵੇਂ ਮੇਰਾ ਮੈਨੂੰ ਮੇਰਾ ਡਾਂਸ ਹੈ ਜਿਹੜਾ ਮੈਂ ਹੀ ਜਾਣਦਾ ਕਿਹਾ ਜਾਂਦਾ ਕਰਦਾ ਪਰ ਉਹ ਵੀ ਲੋਕਾਂ ਨੂੰ ਪ੍ਰਚਲਿਤ ਹੋ ਗਿਆ ਧਰਮਿੰਦਰ ਸਟਾਈਲ ਕਰਨ ਲੱਗੇ ਕਈ ਐਕਟਰ ਜਾਣੋ ਉਸਕੇ ਵੀ ਉਹ ਕਰ ਲੈਂਦੇ ਆਪਣਾ ਹੱਥ ਜਿਆ ਤੇ ਆਈ ਥਿੰਕ ਇਟਸ ਅ ਬਲੇਸਿੰਗ ਕਿ ਮੇਰੀ ਜਿਹੜੀਆਂ ਕਮੀਆਂ ਉਹਨਾਂ ਨੂੰ ਵੀ ਲੋਕਾਂ ਨੇ ਪਿਆਰ ਕੀਤਾ ਹੈ ਤੇ ਤੁਹਾਡੀ ਹੁਣ ਤੱਕ ਦੀ ਜਿਹੜੀ ਫਿਲਮਾਂ ਦੀ ਕਾਰਗੁਜ਼ਾਰੀ ਹੈ ਤੁਹਾਡੀ ਹੁਣ ਤੱਕ ਦੀ ਅਦਾਕਾਰੀ ਹੈ ਜਿਹੜੀ ਉਹਨਾਂ ਤੋਂ ਤਾਂ ਪੰਜਾਬੀ ਪੂਰੇ ਭਾਰਤ ਦੇ ਵਿੱਚ ਵਸਦੇ ਲੋਕ ਬਾਖੂ ਬੀ ਜਾਣੋ ਹੀ ਆ ਪਰ 1960 ਦੇ ਵਿੱਚ ਜਦੋਂ ਤੁਸੀਂ ਹਿੰਦੀ ਫਿਲਮਾਂ ਵੱਲ ਸਰਗਰਮੀ ਦੇ ਨਾਲ ਜਾਣਾ ਸ਼ੁਰੂ ਹੋਏ ਤੇ ਅੱਜ 2014 ਦੇ ਵਿੱਚ ਹਿੰਦੀ ਸਿਨੇਮੇ ਦੇ ਵਿੱਚ ਕਿੰਨਾ ਫਰਕ ਮਹਿਸੂਸ ਕਰਦੇ ਬਹੁਤ بڑا ਫਰਕ ਆ ਗਿਆ ਬਹੁਤ بڑا ਫਰਕ ਆ ਗਿਆ ਕਹਾਂ ਤੁਹਾਨੂੰ ਮੈਂ ਬਿਆਨ ਕਰਨ ਜਾਵਾਂਗਾ ਤੇ ਤੁਸੀਂ ਵੀ ਯੰਗਸਟਰ ਨੂੰ ਧੰਨ ਵੀ ਪਤਾ ਹੈ ਟੈਕਨੀਕਲੀ ਸੀ ਕਿੱਥੇ ਪਹੁੰਚ ਗਏ ਸਾਡੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਕਿੱਥੇ ਪਹੁੰਚ ਗਈ ਹੈ ਇਹਨਾਂ ਨੂੰ ਕੀ ਪਸੰਦ ਹੈ ਕੀ ਨਹੀਂ ਪਸੰਦ ਸਾਡੇ ਵੇਲੇ ਲਾਈਫ ਬੜੀ ਸਿੰਪਲ ਸੀ ਜੇ ਸਾਨੂੰ ਫਗਵਾੜੇ ਤੋਂ ਚਲਣਾ ਸੀ 14 ਮੀਲ ਪੂਰਾ ਰਾਹ ਖਾਲੀ ਹੁੰਦਾ ਸੀ ਵਿੱਚ ਇਹਨੇ ਪਤਾ ਸੀ ਇੱਕ ਇੰਟ ਆ ਗਈ ਚਲੋ ਪਹੁੰਚ ਗਏ ਹੁਣ ਤਾਂ ਸਾਰੇ ਖੜਕ ਖੜ ਪਰ ਗਏ ਪਿੰਡ ਪਿੰਡਾਂ ਚ ਡੁੱਬ ਗਏ ਨੇ ਸ਼ਹਿਰ ਸ਼ਹਿਰਾਂ ਚ ਡੁੱਬੀ ਜਾਂਦੇ ਨੇ ਪਬਲਿਕ ਨੂੰ ਉਹਨਾਂ ਠਹਿਰਾਉ ਨਹੀਂ ਸਾਰੀ ਜ਼ਿੰਦਗੀ ਚ ਅਸੀਂ ਕਿ ਠਹਿਰ ਕੇ 5 ਮਿੰਟ ਬਾਜ਼ਾਰ 'ਚ ਖੜੇ ਕੋਈ ਗੱਲ ਕਰ ਲਈ ਕਿਸੇ ਨਾਲ ਐਵਰੀਬਾਡੀ ਇਜ਼ ਔਨ ਰਨ ਹੰਦ ਨੇ ਕਿ 5 ਮਿੰਟ ਜਾ ਚਲੋ ਚਾਚੇ ਦੀਆਂ ਗੱਲਾਂ ਸੁਣ ਲਈਏ ਜੀ ਜੀ ਜਾਤਾ ਇਹਦੇ ਹੱਥ ਦੀ ਦਾਲ ਖਾਏ ਇਹ ਉਹ ਹੁਣ ਉਹ ਉਹ ਨਹੀਂ ਹੈ ਹੁਣ ਤਾਂ ਛਟਾਫਰ ਰੋਲ ਕਰਕੇ ਖਾਂਦੇ ਕਰਨੇ ਗੱਡੀ ਚੜਦੇ ਖਾਂਦੇ ਖਾਂਦੇ ਉਧਰ ਜਾਂਦੇ ਨੇ ਹਾਂ ਤੁਦ ਪੁੰਜ ਕੇ ਮੂੰਹ ਤੇ ਤੋਦਾ ਕੇ ਚਲ ਪੈਨੇ ਉਹਦੀ ਚੇਂਜ ਸਾਰ ਇੰਡਸਟਰੀ ਚ ਆ ਗਈ ਹੈ ਜੀ ਜੀ ਸਾਡੇ ਵੇਲੇ ਸਟੋਰੀਆਂ ਪ੍ਰੇਡਿਕਟੇਬਲ ਹੁੰਦੀਆਂ ਸੀ ਫੇਰ ਵੀ ਸੋਚਦੇ ਯਾਰ ਹੁਣ ਅਤਰਮਿੰਦਰ ਆਉ ਉਹਨੇ ਹੁਣ ਹੀ ਰੇ ਮਾਰੇ ਗੋਣ ਕੁੱਟੂ ਆ ਇਹ ਉਹ ਜਦ ਇਹੀਂ ਹੱਲੇ ਮੈਂ ਕੁੱਟਦਾ ਵੀ ਨਹੀਂ ਸੀ ਪਹਿਲੇ ਟਾਲੀ ਸ਼ੁਰੂ ਹੋ ਜਾਂਦੀ ਸੀ ਹੁਣ ਉਹ ਆਡੀਅנס ਨਹੀਂ ਹੈ ਹੁਣ ਕਹਿੰਦੀ ਯਾਰ ਬੋਰ ਨਾ ਕਰੋ ਸਾਨੂੰ ਦੇ ਆਰ ਆਲਸੋ ਰਾਈਟ ਔਰ ਕਈ ਖਾਮੀਆਂ ਵੀ ਆ ਗਈਆਂ ਸਾਡੀ ਜਿਹੜੀ ਸਬੀਤਾ ਬੇਟੇ ਇਹ ਦੂ ਵੱਡੀ ਸਬੀਤਾ ਮੈਂ ਦੁਨੀਆਂ 'ਚ ਮੈਂ ਤਾਂ ਨਹੀਂ ਦੇਖੀ ਮੈਨੂੰ ਯਾਦ ਅਸੀਂ ਪਿੰਡ ਦੇ ਬਾਲੀਵਲ ਹੌ ਖੇਲ ਖੂਲ ਕੇ ਅਸੀਂ ਸਟੇਸ਼ਨ ਤੇ ਬਾਈ ਚਾਂਸ ਕੀ ਸਾਡੇ ਪਿੰਡ ਦੀ ਕੋਈ ਤੀਜ ਜਾਂ ਕੁੜੀ ਉਤਰੀ ਹੈ ਉਹਦੇ ਕੋਲ ਜਿਆਨੇ ਨੇ ਜਾਂ ਸਮਾਨ ਹੈ ਅਸੀਂ ਘਰ ਛੱਡਿਆ ਹੁੰਦੇ ਸੀ ਜਾ ਕੇ ਮੈਨੂੰ ਯਾਦ ਹੈ ਮੈਂ ਆਪ ਕੀ ਤੇ ਹੁਣ ਉਹ ਉਹ ਚੀਜ਼ਾਂ ਸਭ ਖਤਮ ਹੋ ਗਈਆਂ ਨੇ that is the worst thing there is a the pain most painful thing ਜਿਸ ਮੈਂ ਗੁਜ਼ਰਦਰਾ ਮੈਂ ਫਿਰ ਮੈਂ ਕਹਿੰਨਾ ਇਹ ਤੂੰ ਕੀ ਕਰ ਸਦਾ ਅੰਦਰ ਮੇਰੇ ਵਾਕ ਚੇਂਜ ਹੋ ਗਿਆ ਤੇ ਉਹੀ ਹੁਣ ਉਹੀ ਇੰਜ ਫਿਲਮਾਂ ਆਉਣ ਲੱਗੀਆਂ ਸਾਡੇ ਵੇਲੇ ਤਾਂ ਸਾਡੀਆਂ ਹੀਰੋਨਾਂ ਦੇ ਇੱਥੇ ਤੱਕ ਬਲਾਊਜ਼ ਹੁੰਦੇ ਸੀ ਹੁਣ ਇੱਥੇ ਦੀਆਂ ਇਹਨਾਂ ਦੇ ਬਲਾਊਜ਼ ਹੀ ਕਿੱਥੇ ਨੇ ਅਮਰ ਜਦ ਬੇਕ ਚੇਂਜ ਔਰ ਇਹ ਹੀ ਅੱਜ ਦੀ ਜਿਹੜੀ ਅਸੀਂ ਜਾਂ ਅਸੀਂ ਜੰਗ ਜੇਨਰੇਸ਼ਨ ਨੂੰ ਬਗੜ ਰਹੇ ਜਾਂ ਜਗ ਜੇਨ ਯੱਕ ਜੇਨਰੇਸ਼ਨ ਤੇ ਅਟੈਕ ਹੋ ਗਿਆ ਨੈਟਵਰਕ ਜਿਹੜਾ ਦੇਖਦੇ ਆ ਕੰਪਿਊਟਰਸ ਜੀ ਜੀ ਉਹਦਾ ਇੱਕ ਐਸਾ ਹਮਲਾ ਸਾਡੇ ਤੇ ਹੋਇਆ ਕਿ ਸਾਡੀ ਸਭਿਤਾ ਨੂੰ ਉਹਨਾਂ ਨੇ ਤਰੋੜ-ਮਰੋੜ ਦਿੱਤਾ ਫਿਲਮਾਂ ਦਾ ਵੀ ਐਸਾ ਨਹੀਂ ਜਿਨ੍ਹਾਂ ਕੰਪਿਊਟਰਸ ਆਰ ਹਰ ਖਿਡੌਣਿਆਂ ਦਾ ਹੋਇਆ ਹਰ ਬੱਚੇ ਕੋਲ ਖਿਡੌਣਾ ਹਰ ਬੱਚਾ ਕਿਵੇਂ ਕੱਢ ਲੈਂਦਾ ਜਿਹੜੀਆਂ ਚੀਜ਼ਾਂ ਅਸੀਂ ਨੂੰ ਜਾਣਨ ਨੂੰ 20-20 ਸਾਲ ਲੱਗੇ ਉਹਨਾਂ ਨੂੰ ਹੁਣੇ 2-2 ਸਾਲ 4-5 ਸਾਲ ਦੇ ਨਾ ਪਤਾ ਲੱਗ ਜਾਂਦਾ ਸਹੀ ਗੱਲ ਫਿਰ ਉਹ ਉਹਨਾਂ ਨੂੰ ਗਰੋਥ ਦੇਖਣੀ ਨਹੀਂ ਉਹ ਜਿਹੜੀ ਜਦੋਂ ਆਪਾਂ ਦੇਖਦੇ ਸੀ ਹੌਲੀ ਹੌਲੀ ਜਿਹੜੀ ਚੀਜ਼ ਹੌਲੀ 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 ਵੱਧੇ ਉਹਦਾ ਮਜ਼ਾ ਹੁੰਦਾ ਹੈ ਬਿਲਕੁਲ ਜਿਹੜੀ ਚੀਜ਼ ਆਉਂਦਾ ਕਿ ਉਹ ਫਿਰ ਤੁਸੀਂ ਦੇਖੋ ਆਂਬ ਵੀ ਜਿਸ ਸੀਜ਼ਨ ਦੇ ਆਉਂਦੇ ਨੇ ਉਹੀ ਸਵਾਦ ਲੱਗਦੇ ਨੇ ਜੇ ਪਕਾ ਕੇ ਆਪਾਂ ਖਾਣੇ ਆ ਉਹਦਾ ਸਵਾਦ ਨਹੀਂ ਆਉਂਦਾ ਆਰਟੀਫੀਸ਼ੀਅਲ ਚੀਜ਼ਾਂ ਦਾ ਮਜ਼ਾ ਨਹੀਂ ਆਉਂਦਾ ਸੋ ਦ ਬਿਗ ਮਸਨੀਅਤ ਬਹੁਤ ਆ ਗਈ ਆਰਟੀਫੀਸ਼ੀਅਲ ਬਹੁਤ ਹੋ ਗਏ ਅਸੀਂ ਤੁਸੀਂ ਆਪਣੇ ਦਿਲ ਤੋਂ ਪੁੱਛੋ ਸਾਰੇ ਜਿਹਨੇ ਸੁਣ ਰਹੇ ਨੇ ਮੈਨੂੰ ਵੀ ਆਪਣੇ ਦਿਲ ਤੋਂ ਪੁੱਛੋ ਅਸੀਂ ਕਿੰਨੇ ਆਰਟੀਫੀਸ਼ੀਅਲ ਹੋ ਗਏ ਦਿਖਾਵਾ ਕਿੰਨਾ ਆ ਗਿਆ ਸਾਡੇ ਚ ਅੰਦਰ ਦੀ ਗੱਲ ਕੁਝ ਹੁੰਦੀ ਹੈ ਬੋਲਦੇ ਮੂੰਹ ਤੇ ਮੁਸਕਰਾਟ ਹੁੰਦੀ ਹੈ ਤੇ ਦਿਲ ਦੀ ਗੱਲ ਨਹੀਂ ਆਉਂਦੀ ਜਾਨ ਤੇ ਇਸੇ ਕਰਕੇ ਕਹਿੰਦੇ ਆ ਕਿ ਬੰਦੇ ਨੂੰ ਇਹ ਤਾਂ ਪਤਾ ਕਿ ਮੰਗਲ ਗ੍ਰਹਿ ਦੇ ਉੱਤੇ ਪਾਣੀ ਹੈ ਜਾਂ ਨਹੀਂ ਹੈ ਪਰ ਨਾਲ ਜਿਹੜਾ ਬੈਠਾ ਉਹਦੇ ਮਨ ਚ ਕੀ ਹੈ ਇਹ ਨਹੀਂ ਪਤਾ ਸੀ ਤੁਸੀਂ ਜਿੰਦਣ ਬੰਦਾ ਬੰਦੇ ਨੂੰ ਪਿਆਰ ਕਰਨ ਲੱਗਿਆ ਬੱਚੇ ਉਦੋਂ ਇੱਥੇ ਜੰਨਤ ਬਣ ਜਾਏਗੀ ਬਿਲਕੁਲ ਤੇ ਜਿਹਨ ਬੰਦਾ ਉਹ ਉਹਦਾ ਹੀ ਬੰਦਾ ਹੈ ਇਹ ਦਲੀਪ ਸਾਹਿਬ ਨੇ ਇੱਕ ਜਗ੍ਹਾ ਕਿਹਾ ਸੀ ਕਿੰਨਾ ਬੰਦੇ ਨੂੰ ਕਿਹਾ ਕਿ ਐਲਾ ਮੀਆਂ ਨੇ ਕਿ ਮੇਰੇ ਇੱਕ ਬੰਦੇ ਨੇ ਵੀ ਤੂੰ ਖੁਸ਼ ਕਰ ਦੇਵੇਂ ਨਾ ਹੂੰ ਹੂੰ ਉਹਨੂੰ ਉਹਨੂੰ ਕੁਝ ਖਲਾਦ ਮੈਂ ਉਹਦੀ ਸੇਵਾ ਕਰਦਵੇਂ ਮੈਂ ਤੇਰਾ ਮਖਰੂਜ਼ ਹੋ ਜਾਵਾਂਗਾ ਤੇਰਾ ਕਰਜ਼ਾਅਰ ਹੋ ਜਾਵਾਂਗਾ ਹੂੰ ਤਾਂ ਉਹ ਹਰ ਮذਬ ਚਹੀਏ ਉਥੋਂ ਆਪਾਂ ਬਹੁਤ ਦੂਰ ਹੋ ਗਏ ਹਾਂ ਜੀ ਜੀ ਹੁਣ ਤਾਂ ਕੁਝ ਸਮਝ ਨਹੀਂ ਆ ਰਿਹਾ ਜੀ ਧਰਮਿੰਦਰ ਜੀ ਤੁਸੀਂ ਫਿਲਮਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਕੁਝ ਕੁ ਰਿਐਲਿਟੀ ਸ਼ੋਅਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦੇਖਿਆ ਪਰ ਇੱਕ ਤੁਹਾਡੀ ਜ਼ਿੰਦਗੀ ਦਾ ਹੋਰ ਪੱਖ ਹੈ ਬਤੌਰ ਸਿਆਸਤਦਾਨ ਤੁਸੀਂ ਬੀਕਾ ਨੇਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਕਿਹੋ ਜਿਹਾ ਤਜਰਬਾ ਰਿਹਾ ਸਿਆਸੀ ਉਹ ਇਹ ਮੈਂ ਵਿੱਚ ਫਸ ਗਿਆ ਸੀ ਐਕਚੁਅਲੀ ਅੱਛਾ ਜੀ ਬਹੁਤ ਮੈਨੂੰ ਕੇਰਾ ਪਾਇਆ ਚਾਰਾਂ ਪਾਸੇ ਪਹਿਲਾਂ ਲੁਧਿਆਣਾ ਵੀ ਫਿਰ ਇਥੋਂ ਢਿੱਲੋਂ ਸੀ ਕਹਿੰਦਾ ਬਾਜੀ ਮੇਰੇ ਗੈਸਲੜੋਂ ਮੈਂ ਕਹਿੰਦਾ ਨਹੀਂ ਯਾਰ ਮੈਂ ਲੁਧਿਆਣਾ ਨਹੀਂ ਆਉਣਾ ਫਿਰ ਅਮਰਿੰਦਰ ਹੁਣਾ ਦੇ ਉੱਤੇ ਪਟਿਆਲੇ ਤੋਂ ਉਹਨਾਂ ਨੇ ਵੀ ਕਹਿ ਦਿੱਤਾ ਲੜਨਾ ਸਾਡੇ ਨਾਲ ਹੈਗਾ ਇੱਧਰ ਹੀ ਲੜ ਲਓ ਸਾਡੇ ਬੰਨਿਓ ਮੈਂ ਕਿ ਮੈਂ ਇੱਧਰ ਨਹੀਂ ਲੜਨਾ ਕਿਤੇ ਹੋਰ ਦੱਸ ਦਿਓ ਮੈਨੂੰ ਪਹਿਲਾਂ ਤਾਂ ਮੈਂ ਕਿ ਇਸ ਗੇਮ ਆਫ ਸਕਾਂਡਲਸ ਮੈਂ ਆਉਣਾ ਨਹੀਂ ਹੈ ਅੱਛੇ ਬੰਦੇ ਹੈ ਨਹੀਂ ਉਹਨਾਂ ਕਹਿੰਦੇ ਜੇ ਅੱਛੇ ਬੰਦੇ ਨਹੀਂ ਆਉਣਗੇ ਤਾਂ ਕਦੇ ਸੁਧਾਰ ਹੋਊ ਮੈਨੂੰ ਗੱਲ ਲੈਣ ਲੱਗੀ ਕਿ ਮੈਂ ਹੀ ਇੱਛਾ ਬੰਦਾ ਮੈਂ ਹੀ ਸੁਧਾਰ ਕਰੂੰਗਾ ਉਹ ਗੱਲਾਂ ਨੂੰ ਸੁਣ ਕੇ ਪਰ ਮੈਂ ਤਿੰਨ ਵਾਰੀ 에어ਪੋਰਟ ਤੋਂ ਵਾਪਸ ਚਲਾ ਗਿਆ ਸੀ ਫੇਰ ਵੀ ਅੱਛਾ ਜੀ ਫਿਰ ਮੈਂ ਬਾਥਰੂਮ ਸ਼ੀਸ਼ੇ 'ਚ ਆਪਣਾ ਸਿਰ ਮਾਰ ਰਿਹਾ ਸੀ ਕਿ ਮੈਂ ਹਾਂ ਕਿਉਂ ਕੀਤੀ ਹੈ ਮੈਨੂੰ ਪਤਾ ਇਟਸ ਨਾਟ ਮੈਂ ਇਹ ਮੇਰਾ ਕੰਮ ਨਹੀਂ ਹੈ ਕਿਉਂਕਿ ਮੇਰੀ ਤਾਂ ਸੁਣੀ ਨਹੀਂ ਜਾਣੀ ਉਹ ਸੁਣਾਉਣ ਵਾਲਿਆਂ ਨੇ ਲੱਖ ਦੀ ਮੰਗਾਂ ਨੇ ਜੀ ਜੀ ਜੇ ਉਹਨਾਂ ਦੀ ਪੁਰੀਆਂ ਨਹੀਂ ਹੋਈਆਂ ਤਾਂ ਮੈਂ ਵਾਟ ਆਮ ਤੋਂ ਬੜਾ ਹਾਲਾ ਉਹਦੇ ਬਾਵਜੂਦ ਜਿਹੜੇ ਕੰਮ ਬਿਟੇ ਉੱਥੇ 50 ਸਾਲ ਚ ਨਹੀਂ ਸਿਓਏ ਅਗਰ ਤੁਹਾਡੇ ਕੋਈ ਜਰਨਲਿਸਟ ਜਾ ਕੇ ਬੀਕਰ ਨਾਲ ਸੱਜ ਪੁੱਛਣ ਕਿ ਧਰਮਿੰਦਰ ਨੇ ਕੀ ਕੰਮ ਕਰਾਏ ਨੇ ਇਥੇ ਉਹ ਤੁਹਾਨੂੰ ਦੱਸਣਗੇ ਕੀ ਕੀ ਹੋਇਆ ਜਿਹੜੇ ਹਰ ਖਰਦਫਾ ਐਮਪੀ ਆਉਂਦਾ ਸੀ ਮੈਂ ਆ ਕਰਾ ਦੇ ਆ ਕਰਾ ਦੇਗਾ ਉਹ ਕਰਾ ਕਿ ਮੈਨੂੰ ਯਸ਼ ਲੈਣਾ ਨਹੀਂ ਆਉਂਦਾ ਮੈਂ ਉਹ ਹਮੇਸ਼ਾ ਹੀ ਨਹੀਂ ਦੱਸਿਆ ਮੈਂ ਆ ਕਰਤਾ ਮੈਂ ਆ ਕਰਤਾ ਮੈਂ ਆ ਕਰਤਾ ਬਿਲਕੁਲ ਮੈਨੂੰ ਚਾਹੀਦਾ ਨਹੀਂ ਮੈਨੂੰ ਇਹ ਸੀ ਮੈਂ ਆਪਣਾ ਕੰਮ ਕਰਤਾ ਮੈਂ ਆਪਣੇ ਭਾਰਤ ਮਾਂ ਦੇ ਇੱਕ ਹਿੱਸੇ ਦੇ ਇੱਕ ਅੰਗ ਦੀ ਸੇਵਾ ਕੀਤੀ ਹੈ ਬਸ ਇਨਜ ਵਿੱਚ ਮੈਂ ਖੁਸ਼ ਹਾਂ ਮੈਨੂੰ ਕੋਈ ਕ੍ਰੈਡਿਟ ਨਹੀਂ ਚਾਹੀਦਾ ਜੀ ਤਰਮਿੰਦਰ ਜੀ ਬੜੇ ਲੰਮੇ ਸਮੇਂ ਬਾਅਦ ਤੁਸੀਂ ਪੰਜਾਬੀ ਫਿਲਮਾਂ ਵੱਲ ਫੇਰ ਸਰਗਰਮ ਹੋਏ ਹੋ ਹਾਂ ਹਾਂ ਆ ਹੁਣ ਇਸ ਚਾਲੂ ਸਾਲ ਦੇ ਵਿੱਚ ਤੁਹਾਡੀ 29 ਤਰੀਕ ਨੂੰ ਨਵੀਂ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਡਬਲ ਦੀ ਟ੍ਰਬਲ ਗਿੱਪੀ ਗਰੇਵਾਲ ਤੁਹਾਡੇ ਨਾਲ ਕੰਮ ਕਰ ਰਹੇ ਨੇ ਸਾਰੀ ਫਿਲਮ ਦੇ ਬਾਬਤ ਅਸੀਂ মিডিਏ ਦੇ ਵੱਖ-ਵੱਖ ਅੰਗਾਂ ਤੋਂ ਬੜਾ ਕੁਝ ਸੁਣਿਆ ਪੋਜ਼ਿਟਿਵ ਬੜਾ ਹੰਦਰੂ ਹੰਗਾਰਾ ਮਿਲਣ ਦੀ ਉਮੀਦ ਹੈ ਕੀ ਮਹਿਸੂਸ ਕਰਦੇ ਹੋ ਇੰਨੇ ਵਕਫੇ ਦੇ ਬਾਅਦ ਪੰਜਾਬੀ ਫਿਲਮ ਦੇ ਵਿੱਚ ਕੰਮ ਕਰਕੇ ਦੇਖੋ ਮੈਂ ਜਿਵੇਂ ਪਹਿਲਾਂ ਵੀ ਇੱਕ ਵਾਰੀ ਕਿਹਾ ਤੁਹਾਨੂੰ ਕਿ ਸਟੋਰੀ ਇਜ਼ ਦਾ ਬੈਕਬੋਨ ਆਫ ਦਾ ਪਿਕਚਰ ਮੈਂ ਬੜੇ ਅਰਸੇ ਤੋਂ ਮੇਰਾ ਜੀਸੀ ਵਿੱਚ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਮੇਰੇ ਉਹ ਫਿਲਮ ਆਈ ਸੀ ਪ੍ਰਤਿਕਾ ਜਮਨ ਇੱਕ ਸੀ ਮਿਰਜ਼ਾ ਸਾਹਿਬਾਂ ਤੇ ਇੱਕ ਛੋਟਾ ਜਿਹਾ ਸੀਕਵੈਂਸ ਹੁੰਦਾ ਬਣਾ ਸੁਣਾ ਤੇ ਮੇਰੇ ਅਸਲ ਸੀ ਵੀ ਮਿਰਜ਼ਾ ਬਣਾ ਤੇ ਸਾਹਿਬਾਂ ਮਿਰਜ਼ਾ ਸਾਹਿਬਾਂ ਬਣਾਈ ਜਾ ਹੂੰ ਹੂੰ ਉਹ ਗੱਲ ਪੂਰੀ ਨਹੀਂ ਕਿ ਗੱਲ ਨਹੀਂ ਪੂਰੀ ਹੁੰਦੀਆਂ ਫੇਰ ਦੋ ਤਿੰਨ ਮੇਰੀ ਆਇਆ ਮਨਚ ਇੱਕ ਪੰਜਾਬੀ ਹੋਰ ਫਿਲਮ ਬਣਾਈਏ ਨਹੀਂ ਹੋਇਆ ਤੇ ਫੇਰ ਮੈਂ ਸੋਚੇ ਕਿ ਅੱਛੀ ਕਹਾਣੀ ਮਿਲ ਜੇ ਤੇ ਮੈਨੂੰ ਉਸਦੇ ਹੀ ਸੁਭਾਸ਼ ਗਈ ਉਹਨਾਂ ਨੇ ਕਿਹਾ ਕਿ ਬਾਜੀ ਇੱਕ ਸਟੋਰੀ ਹੈ ਸੁਣ ਲਓ ਤੁਸੀਂ ਪੰਜਾਬੀ ਫਿਲਮਾਂ ਕਰਦੇ ਆ ਮੈਂ ਕਿਹਾ ਯਾਰ ਕਰ ਨਹੀਂ ਤੇ ਮੈਂ ਵੀ ਚਾਹਾਂਗਾ ਕਹਾਣੀ ਚੰਗੀ ਲੱਭੋ ਤਾਂ ਮੈਂ ਕਰੂੰਗਾ ਜ਼ਰੂਰ ਕਰੂੰਗਾ ਤੇ ਉਹਨਾਂ ਨੇ ਕਹਾਣੀ ਸੁਣਾਈ ਫਿਰ ਮੈਂ ਦੱਸਿਆ ਸੀ ਗਿੱਪੀ ਵੀ ਹੈ ਗਿੱਪੀ ਦੀ ਫਿਲਮ ਮੈਂ ਦੇਖੀ ਸੀ ਕੈਰੀ ਉਹਨ ਜੱਟ ਬੜਾ ਚੰਗਾ ਲੱਗਿਆ ਮੁੰਡਾ ਬਹੁਤ ਪਿਆਰਾ ਐਕਟਰ ਵੀ ਹੈ ਵੈਰੀ ਨਾਈਸ ਗੁੱਡ ਸਿੰਗਰ ਐਂਡ ਬੇਜ਼ਿੰਗ ਵੈਰੀ ਵਾਰਮ ਬॉय ਤੇ ਹੋਰ ਸਾਰੇ ਸੈਟਅਪ ਹੋ ਗਏ ਤੇ ਉਹ ਕਹਾਣੀ ਅੱਛੀ ਬਣ ਗਈ ਕਿੰਨਾ ਵੀ ਤੁਸੀਂ ਲੱਖ ਕਰ ਲੋ ਬੇ ਬਿਲਕੁਲ ਵਧੀਆ ਹਲਵਾ ਬਣਾ ਲਵੇ ਚ ਦਾਖਾਂ ਵੀ ਪਾ ਦੇ ਖੋਪਾ ਵੀ ਪਾ ਦੇ ਫੇਰ ਵੀ ਦੇਖਦੀ ਰਹਿੰਦੀ ਇਹ ਵੀ ਸਵਾਦ ਲੱਗੂ ਕਿ ਨਹੀਂ ਲੱਗੂ ਅਸੀਂ ਹੁਣ ਲੱਖ ਜ਼ੋਰ ਲਾ ਲਿਆ ਅਸੀਂ ਹੁਣ ਵੀ ਐਂ ਬੈਠੇ ਆਂ ਕਿ ਇਹ ਲੋਕਾਂ ਨੂੰ ਸਵਾਦ ਲੱਗੂ ਕਿ ਨਹੀਂ ਲੱਗਦਾ ਕੋਈ ਗੱਲ ਹੁੰਦੀ ਉਹ ਚ ਬਾਕੀ ਐਕਟਰ ਬਣਦਾ ਘੱਟੇ ਬੰਦਾ ਟੂ ਬੀ ਲਵ ਟੂ ਬੀ ਲਾਈਕ ਟੂ ਬੀ ਐਡਮਾਇਰਡ ਬਿਲਕੁਲ ਉਹ ਨਾ ਮਿਲੇ ਤੇ ਫੇਰ ਉਹਦੀ ਰੂਹ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਹਰ ਦਫਾ ਇਹ ਕੋਸ਼ਿਸ਼ ਕਰਦੇ ਆਂ ਔਰ ਜਥੇ ਜੀਉਂਗਾ ਜਥੇ ਇਹ ਕੋਸ਼ਿਸ਼ ਕਰੂੰਗਾ ਲੋਕਾਂ ਨੂੰ ਰੱਜ ਕੇ ਹਸਾਲਾ ਪਿਆਰ ਦੇ ਲੈਣਾ ਆਪਣਾ ਫਿਲਮਾਂ ਦੇ ਮਾਧਿਅਮ ਤੇ ਵੀ ਪਰਸਨਲੀ ਵੀ ਜਿੱਥੇ ਮਿਲਾਂ ਜਿੰਨਾ ਪਿਆਰ ਵੰਡ ਸਕਦਾ ਵੰਡਾਂਗਾ ਇਹ ਫਿਲਮ ਦੇ ਰਾਹੀਂ ਵੀ ਇਹ ਫਿਲਮ ਮੈਨੂੰ ਲੱਗਦਾ ਚੱਲੇਗੀ ਕਿਉਂਕਿ हटके ਇਹ ਪਿਕਚਰ ਥੋੜੀ ਡਬਲ ਰੋਲ ਹੈ ਮੇਰਾ ਵੀ ਕੇ ਪੀਦਾ ਵੀ ਜਿਵੇਂ ਤੁਹਾਨੂੰ ਪਹਿਲਾਂ ਇੰਟਰਵਿਊ ਦੱਸਿਆ ਕਿ ਸ਼ੈਕਸਪੀਅਰ ਦੀ ਕਹਾਣੀ ਤੁਸੀਂ ਲਈ ਹੈ ਹਾਂ ਹਾਂ ਆਈ ਥਿੰਕ 99% ਤਾਂ ਚੱਲੇਗੀ ਚਲੋ 100% ਹੀ ਚੱਲੇਗੀ ਬਸ ਬਾਕੀ ਜਿਹੜੇ ਹੁਣ ਮੈਨੂੰ ਸੁਣ ਰਹੇ ਨੇ ਜਿਹੜੇ ਮੈਨੂੰ ਆਪਣਾ ਵੀਰ ਕਹਿੰਦੇ ਵੱਡਾ ਵੀਰ ਕਹਿੰਦਾ ਕੋਈ ਬਾਈ ਕਹਿੰਦਾ ਕੋਈ ਪੰਜਾਬ ਦਾ ਪੁੱਤਰ ਕਹਿੰਦਾ ਉਹਨਾਂ ਸਾਰਿਆਂ ਨੂੰ ਮੈਂ ਇਹ ਕਹਿਣਾ ਕਿ ਫਿਰ ਉਹਨੇ ਨਵੇਂ ਨਵੇਂ ਲੀੜੇ ਸਲਵਾ ਲਓ 29 ਤਰੀਕ ਨੂੰ ਭਾਰਤ ਦਿਓ ਜਾ ਕੇ ਥੀਏਟਰ ਜੀ ਬੰਬਈ ਤੱਕ ਦੀਆਂ ਤਾਂ ਖਿੜਕੀਆਂ ਹਿੱਲ ਜਾਣ ਕੇ ਤਰਮਿੰਦਰ ਨੇ ਉੱਥੇ ਵੀ ਇੱਕ ਫਿਲਮ ਬੜੀ ਹਿੱਟ ਕਰਵਾਤੀ ਹੈ ਸਹੀ ਹੈ ਐ ਤਰਮਿੰਦਰ ਜੀ ਤੁਸੀਂ ਪਿਛਲੇ ਕੁਝ ਸਮੇਂ ਤੋਂ ਆਪਣੇ ਪੂਰੇ ਪਰਿਵਾਰ ਸਮੇਤ ਹਿੰਦੀ ਫਿਲਮਾਂ 'ਚ ਯੋਗਦਾਨ ਪਾ ਰਹੇ ਹੋ ਆਪਣੇ ਫਿਲਮ ਹੋਵੇ ਜਮਲਾ ਪਗਲਾ دیਵਾਨਾ ਹੋਵੇ ਕੀ ਕੋਈ ਯੋਜਨਾ ਬਣਾਈ ਹੈ ਕਿ ਤਰਮਿੰਦਰ ਜੀ ਜਿਹੜੇ ਆ ਆਪਣੇ ਪੁੱਤਾਂ ਦੇ ਨਾਲ ਬੋਬੀ ਦਿਓਲ ਸੰਨੀ ਦਿਓਲ ਦੇ ਨਾਲ ਕਿਸੇ ਪੰਜਾਬੀ ਫਿਲਮ ਵੱਲ ਵੀ ਜੀ ਮੈਂ ਇਸ ਨੂੰ ਥੋੜਾ ਜਿਹਾ ਸੀਕ੍ਰੀਟ ਰੱਖਣਾ ਚਾਹਣਾ ਜੀ ਇੱਕ ਇੱਕ ਪਿਕਚਰ ਸੌਰੀ ਦੇ ਕੰਮ ਬਣ ਰਿਹਾ ਹੈ ਆ ਤੁਸੀਂ ਗੱਲ ਕਰਨੀ ਸੀਰੀਅਸ ਪਿਕਚਰ ਦੀ ਹੂੰ ਹੂੰ ਬਣੇਗੀ ਇੱਕ ਬਸ ਦੁਆ ਕਰੋ ਕਿ ਸਾਡੀ ਸਟੋਰੀ ਵਧੀਆ ਬਣ ਜੇ ਵੀ ਆਰ ਆਨ ਇਟ ਆਲਰੇਡੀ ਜੀ ਬਣਾਵਾਂਗੇ ਜ਼ਰੂਰ ਬਣਾਵਾਂਗੇ ਤਰਮਿੰਦਰ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਦਿਲ ਤਾਂ ਕਰਦਾ ਕਿ ਇਹ ਗੱਲਾਂ ਦੀ ਪਟਾਰੀ ਇਦਾਂ ਖੋਲਦੇ ਹੀ ਜਾਈਏ ਖੋਲਦੇ ਹੀ ਜਾਈਏ ਪਰ ਸਮੇਂ ਦੀ ਘਾਟ ਹੈ ਜਿਹੜੀ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਵੀ ਬਹੁਤ ਖੁਸ਼ ਹਾਂ خوش را سارم.